ਫਾਈਨਲੀ ਇਕੱਠੇ ਬਹਿ ਚੁੱਕੇ ਹਾਂ ਬਈ ਜਹਾਜ਼ 'ਚ। ਕਿੰਨੀ ਐਕਟਿੰਗ ਕਰ ਲੂੰਗਾ ਅਮੀਰ ਹੋਣ ਦੀ ਯਾਰ, ਕਿ ਫਸ ਗਿਆ ਸੀ ਇਹ ਬਾਈ ਜੀ। ਆ ਨਵੀਂ ਚੀਜ਼ ਮਿਲ ਗਈ ਆ ਸਟਾਰਬਕਸ 'ਚ, ਮੈਂ ਤਰੀਫਾਂ ਕਰਦਾ ਨਹੀਂ ਥੱਕਦਾ ਸੀਗਾ ਇਹਨਾਂ ਦੀਆਂ, ਅਤੇ ਇਹ ਬਾਈ ਜੀ ਮੈਨੂੰ ਮੱਖੀ ਚੂਸ ਬਣਾ ਰਹੇ ਆ, ਦੇਖੋ ਤੁਸੀਂ। ਮੈਂ ਤਾਂ ਹੁਣ ਯਾਰ ਮਸਾਂ ਹੀ ਠੀਕ ਜਿਹਾ ਹੋਇਆ, ਇੰਨੀ ਜ਼ਿਆਦਾ ਘਬਰਾਹਟ ਜੀ ਹੋਈ ਨਾ ਅੱਗੇ, ਮੈਨੂੰ ਕਦੇ ਨਹੀਂ ਇੱਦਾਂ ਹੋਇਆ ਵੀ। ਤੁਹਾਡੇ ਘਰ ਫਿਰ ਸਵਾਗਤ ਆ ਬੀਂਗ ਬੈਨ ਦੇ ਘੈਂਟ ਦੇ ਵਲੋਗ ਦੇ ਵਿੱਚ। ਅੱਜ ਦੇ ਵਲੋਗ ਵਿੱਚ ਆਪਣਾ ਆਖਰੀ ਦਿਨ ਆ ਆਹ ਬੰਬੇ ਦੀਆਂ ਸੜਕਾਂ ਦੇ ਉੱਪਰ, ਅਤੇ ਬਸ ਹੁਣ ਘੁੰਮ ਫਿਰ ਰਹੇ ਹਾਂ, ਅਤੇ ਹਜੇ ਮੈਂ ਘਰ ਪਹੁੰਚਿਆ ਵੀ ਨਹੀਂ, ਤਾਂ ਵੀ ਯਾਰਾਂ ਦੋਸਤਾਂ ਦੇ ਬਹੁਤ ਫੋਨ ਆ ਰਹੇ ਆ ਕਿ ਫਟਾਫਟ ਆ ਜਾ ਅਤੇ ਆਪਾਂ ਚੱਲੀਏ ਯਾਰ ਦੁਬਾਰਾ ਕਿਸੇ ਹੋਰ ਟ੍ਰਿਪ 'ਤੇ। ਤਾਂ ਹੁਣ ਜਿਹੜੀ ਅਗਲੀ ਟ੍ਰਿਪ ਹੋਊਗੀ ਉਹ ਯਾਰਾਂ ਦੋਸਤਾਂ ਨਾਲ ਹੋਊਗੀ, ਤੁਹਾਨੂੰ ਪਤਾ ਹੀ ਆ। ਆਹ ਦੇਖ ਲਓ ਬਾਈ ਬਿਲਡਿੰਗਾਂ ਵੱਡੀਆਂ ਵੱਡੀਆਂ, ਤਾਜ ਹੋਟਲ ਦੇਖ ਲਓ ਇੱਧਰਲੇ ਪਾਸੇ, ਇਦੂ ਬਾਅਦ ਤਾਂ ਕੈਰੀ ਦੀ ਗੰਦੀ ਸ਼ਕਲ ਹੀ ਦੇਖਣੀ ਆ। ਚਲੋ ਕੋਈ ਨਹੀਂ ਯਾਰ, ਉਹਦਾ ਵੀ ਅਲੱਗ ਹੀ ਸਵਾਦ ਆ ਉਹਦੀ ਬੇਇੱਜ਼ਤੀ ਬੂਸਤੀ ਕਰਨ ਦਾ, ਅਤੇ ਇੱਥੇ ਯਾਰ ਫੈਮਲੀ ਨਾਲ ਵੀ ਬਹੁਤ ਹੈ ਨਾ ਇੰਜੋਏ ਹੁੰਦਾ, ਪਰ ਜਿਹੜਾ ਇੰਜੋਏ ਫਰੈਂਡਸ ਨਾਲ ਹੁੰਦਾ ਨਾ, ਕਿਉਂਕਿ ਮੰਨ ਕੇ ਜੇ ਇੱਥੇ ਕੈਰੀ ਹੁੰਦਾ ਮੇਰੇ ਨਾਲ, ਉਹਨਾਂ ਦਾ ਦੇਖ ਦੇਖ ਕੇ ਟਰੋਲ ਹੀ ਕਰੀ ਜਾਣਾ ਜੀ ਇੱਕ ਦੂਜੇ ਨੂੰ ਹੈ ਨਾ, ਅਸੀਂ ਜਾਂ ਇੱਧਰ ਹੈ ਨਾ ਸਾਰਿਆਂ ਨੂੰ, ਤਾਂ ਬੜਾ ਮਜ਼ਾ ਆਉਂਦਾ ਯਾਰ। ਪਰ ਐਂ ਆ ਵੀ ਬਈ ਮੈਨੂੰ ਲੱਗਿਆ ਸੀਗਾ ਵੀ ਬਹੁਤ ਹੈ ਨਾ ਹੋਰ ਜੀ ਹੋਊਗਾ ਇਹ ਐਕਸਪੀਰੀਅੰਸ ਮੇਰਾ, ਪਰ ਬਹੁਤ ਵਧੀਆ ਰਿਹਾ ਯਾਰ ਸੀਰੀਅਸਲੀ। ਅਤੇ ਹੁਣ ਯਾਰ ਸਵੇਰੇ ਸਵੇਰੇ ਤੁਹਾਨੂੰ ਪਤਾ ਕੀ ਦੇਣਾ, ਤਾਂ ਮੈਂ ਚਲੋ ਘੁੰਮ ਫਿਰ ਲਈਏ। ਅਤੇ ਹੁਣ ਸਟਾਰਬਕ ਆਏ ਸੀਗੇ, ਸਟਾਰਬਕ ਹੋ ਕਿੰਨਾ ਘੈਂਟ ਆ ਇੱਥੋਂ ਦਾ ਸਟਾਰਬਕ ਕੌਫੀ, ਅਤੇ ਅੱਜ ਚੱਲਿਆ ਨਾ ਏਅਰਪੋਰਟ ਵੱਲ ਨੂੰ। ਹੁਣ ਬਾਈ ਜੀ ਸਟਾਰਬਕ ਤਾਂ ਆ ਚੁੱਕੇ ਹਾਂ, ਅਤੇ ਜਿਹੜਾ ਮੈਂ ਕਾਰਡ ਲੈ ਕੇ ਆਇਆ ਸੀ ਨਾ, ਅਤੇ ਉਹ ਮੇਰਾ ਨਾ ਹੋ ਗਿਆ ਬਲੌਕ, ਕਿਉਂਕਿ ਮੈਂ ਇੰਟਰਨੈਸ਼ਨਲ ਕਾਰਡ ਨਾ ਆਪਣਾ ਅਪਲਾਈ ਕਰ ਰਿਹਾ ਸੀਗਾ, ਜਦੋਂ ਮੈਂ ਉਹ ਕਰ ਲਿਆ ਹੁਣ ਉਹ ਘਰ ਆਊਗਾ। ਜਿਹੜਾ ਆਹ ਵਾਲਾ ਕਾਰਡ ਮੇਰੇ ਕੋਲ ਇਸ ਟਾਈਮ ਹੈਗਾ ਉਹ ਬਲੌਕ ਹੋ ਗਿਆ, ਜੋ ਟਿਕਟਾਂ ਲੈਣੀਆਂ ਸੀਗੀਆਂ ਉਦੋਂ ਵੀ ਇੰਨਾ ਔਖਾ ਹੋਇਆ ਜਿਹੜਾ ਉਹ ਕਾਰਡ ਮਤਲਬ ਚਲਾਉਣ ਲਈ, ਖੜ੍ਹੇ ਪੈਰ ਟਿਕਟਾਂ ਹੀ ਨਾ ਹੋਣ, ਮੈਂ ਇੰਨਾ ਡਰ ਗਿਆ, ਮੈਂ ਕਿਹਾ ਲੈ ਬਈ ਹੁਣ ਕਾਰਡ ਵੀ ਖਰਾਬ ਹੋ ਗਿਆ। ਔਨਲਾਈਨ ਕਹਿੰਦੇ ਸੀ ਉਹ, ਕਹਿੰਦੇ ਪੇਮੈਂਟ ਲੈਣੀ ਨਹੀਂ, ਕੈਸ਼ ਸਾਡੇ ਕੋਲ ਇੰਨਾ ਹੈ ਨਹੀਂ ਸੀਗਾ, ਫਿਰ ਬਾਅਦ ਵਿੱਚ ਮਸਾਂ ਮਿਹਨਤਾਂ ਮਤਾਂ ਕਰਕੇ ਔਨਲਾਈਨ ਟਿਕਟਾਂ ਬੁੱਕ ਕਰਾਈਆਂ ਸੀਗੀਆਂ ਖੜ੍ਹੇ ਪੈਰ, ਤਾਂ ਕਰਕੇ ਹੁਣ ਵੀ ਇੱਥੇ ਯਾਰ ਵੇਖਿਆ ਨਾ ਕਾਰਡ ਹੀ ਚੱਲਦਾ ਹੋਣਾ, ਤਾਂ ਪੈਸੇ ਤਾਂ ਚਾਹੀਦੇ ਆ ਨਾ ਬਾਈ, ਪੈਸੇ ਮੈਂ ਲੱਗੇ ਵੀਰੇ, ਪੈਸਾ ਹੀ ਪੈਸਾ ਹੋ ਗਿਆ, ਥੋੜ੍ਹੇ ਹੋਰ ਮਿਲ ਗਏ। ਅਤੇ ਬਸ ਹੁਣ ਇੱਥੇ ਖਾਂਦੇ ਪੀਂਦੇ ਹਾਂ, ਤੁਹਾਨੂੰ ਬਾਕੀ ਨਾ ਪੂਰਾ ਇੰਟੀਰੀਅਰ ਦਿਖਾਉਣਾ, ਬੜਾ ਘੈਂਟ ਆ ਇੱਥੋਂ ਦਾ। ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਇੱਥੋਂ ਦੀ ਹੈ ਨਾ, ਜਿਹੜੀ ਕਿ ਯੂਨੀਕ ਆ ਸਟਾਰਬਕ ਦੇ ਵਿੱਚ, ਤੁਸੀਂ ਆਹ ਦੇਖ ਸਕਦੇ ਹੋ ਚਾਏ ਟੀ ਲਾਟੇ। ਇਹ ਸਿਰਫ ਤੁਹਾਨੂੰ ਪਤਾ ਕੈਨੇਡਾ ਵਿੱਚ ਜਾਂ ਅਮੈਰੀਕਾ ਹੈ ਨਾ, ਮਤਲਬ ਬਾਹਰਲੇ ਦੇਸ਼ਾਂ ਵਿੱਚ ਮਿਲਦੀ ਆ, ਆਪਣੇ ਇੰਡੀਆ ਵਿੱਚ, ਇੰਡੀਆ ਵਿੱਚ ਚਲੋ ਹੁਣ ਆਫਕੋਰਸ ਇੰਡੀਆ ਵਿੱਚ ਮਿਲ ਗਈ, ਪਰ ਪੰਜਾਬ ਵਿੱਚ ਮੈਂ ਬਹੁਤ ਪੁੱਛੀ ਕਿਤੋਂ ਨਹੀਂ ਮੈਨੂੰ ਮਿਲਦੀ ਸੀਗੀ ਇਹ, ਅਤੇ ਇੱਥੇ ਹੈਗੀ ਆ। ਮੈਂ ਦੇਖਿਆ ਨਾ ਚਾਏ ਟੀ ਲਾਟੇ, ਇਹ ਤਾਂ ਕਹਿੰਦੇ ਕਿ ਇੰਡੀਆ ਵਿੱਚ ਹੈ ਨਹੀਂ ਗੀ, ਪੰਜਾਬ ਵਾਲੇ ਕਹਿੰਦੇ ਇੰਡੀਆ 'ਚ ਹੈ ਹੀ ਨਹੀਂ, ਕਿਉਂਕਿ ਇੱਥੇ ਫੋਰਨਸ ਵਗੈਰਾ ਆਉਂਦੇ ਆ ਨਾ ਉਹ ਗਿੱਜੇ ਹੁੰਦੇ ਆ ਇਹ ਪੀਣੀ, ਜਾਂ ਫਿਰ ਜਿਹੜੇ ਬਾਹਰੋਂ ਆਉਂਦੇ ਆ ਤੁਹਾਨੂੰ ਪਤਾ ਉਹ ਇਹੀ ਗਿੱਜੇ ਹੁੰਦੇ ਆ ਪੀਣੀ ਹੈ ਨਾ, ਤਾਂ ਕਰਕੇ ਨਾ ਇੱਥੇ ਵੀ ਰੱਖੀ ਹੋਈ ਆ ਇਹ ਵਾਲੀ ਟਾਇਰ ਵਧੀਆ। ਹੁਣ ਜਾ ਕੇ ਟਰਾਈ ਕਰਦੇ ਹਾਂ, ਫਸਟ ਟਾਈਮ ਮੈਂ ਆਪਣਾ ਚਾਏ ਟੀ ਲਾਟੇ, ਗਲਤ ਹੋ ਗਿਆ ਕੰਮ, ਉਹ ਚਾਏ ਟੀ ਲਾਟੇ ਟਿਮ ਹੋਟਲ ਹੁੰਦੀ ਸੀ, ਦਿਮਾਗ 'ਚ ਮਿਕਸ ਹੋ ਗਿਆ ਸਾਰਾ ਕੁਛ, ਹੁਣ ਇੱਥੇ ਮਤਲਬ ਮੈਨੂੰ ਗੰਦੀ ਜਿਹੀ ਕੌਫੀ ਪੀਣੀ ਪੈਣੀ ਹੈ। ਪੇਮੈਂਟ ਹੋ ਗਈ, ਤਾਂ ਟਰਾਈ ਕਰ ਲੈਂਦੇ ਨਾਲੇ ਕੋਈ ਨਵੀਂ ਚੀਜ਼ ਆ, ਤਾਂ ਹੈ ਇਹਦੀ ਇੰਨਾ ਸ਼ੁਕਰ ਆ ਮੈਂ ਆਈਸ ਵਾਲੀ ਕਰਵਾਈ ਆ ਚਲੋ ਹੈ ਨਾ। ਤਾਂ ਅੱਛਾ ਮੈਂ ਚਾਏ ਟੀ ਲਾਟੇ ਭਰਾ ਉਹ ਸਮਝ ਹੀ ਜਾਂਦਾ ਸੀਗਾ, ਟਿਮ ਹੋਟਲ ਵਾਲੀ ਇਹ ਸਟਾਰਬਕ ਆ। ਕਿੰਨੀ ਐਕਟਿੰਗ ਕਰ ਲੂੰਗਾ ਅਮੀਰ ਹੋਣ ਦੀ ਯਾਰ, ਫਸ ਗਿਆ ਸੀ ਇਹ, ਗਰੀਬੀ ਝਲਕ ਹੀ ਜਾਂਦੀ ਆ ਸ਼ਕਲ ਤੋਂ। ਚਲੋ ਕੋਈ ਨਹੀਂ,
ਇਹ ਵੀ ਟਰਾਈ ਕਰ ਲੈਂਦੇ, ਕੋਈ ਨਵਾਂ ਵੀ ਟਰਾਈ ਕਰਨਾ ਚਾਹੀਦਾ। ਜਾਬਾ ਜੂਬ ਤਾਂ ਬਹੁਤ ਵਾਰੀ ਪੀ ਲਈ ਹੋਈ ਆ ਮੈਂ, ਬਹੁਤ ਵਾਰੀ ਮਤਲਬ ਦੋ ਵਾਰੀ। ਬਾਕੀ ਉਹ ਦੇਖੋ ਪਹਿਲੇ ਪਾਸੇ ਬੋਰੀ ਪਈ, ਆ ਬਾਈ ਜੀ ਚਾਏ ਟੀ ਲਾਟੇ, ਦੇਖਦੇ ਹਾਂ ਕਿਹੋ ਜਿਹੀ ਆ ਯਾਰ। ਆਹ ਟਰਾਈ ਕਰੀ ਹੈਨਾ, ਓਕੇ ਹੈ ਨਾ, ਸ਼ੁਕਰ ਆ ਮੈਂ ਕੋਈ ਯੂਨੀਕ ਟਰਾਈ ਕਰ ਲਿਆ ਇੱਥੋਂ ਦਾ। ਮਤਲਬ ਅਦਰਕ ਦਾ ਸਾਰੀਆਂ ਚੀਜ਼ਾਂ ਦਾ ਜਿਵੇਂ ਟੇਸਟ ਜਿਹਾ ਆ ਰਿਹਾ, ਇਲਾਇਚੀ ਹੈ ਤਾਂ ਜਿਵੇਂ ਟੇਸਟ ਜਿਹਾ ਆ ਰਿਹਾ ਪੂਰਾ, ਜਿਵੇਂ ਚਾਹ ਹੁੰਦੀ ਹੈ ਨਾ ਉਹ ਠੰਡੀ ਕਰਕੇ ਦੇ ਦਿੱਤੀ ਬਸ ਇਹਨਾਂ ਨੇ। ਆਹ ਸੀਰੀਅਸਲੀ ਵਧੀਆ ਯਾਰ, ਤੁਸੀਂ ਟਰਾਈ ਕਰ ਸਕਦੇ ਹੋ। ਪਰ ਇੰਨੀ ਗੱਲ ਆ, ਤੁਸੀਂ ਹਿਸਾਬ ਲਾਓ ਵੀ ਇਹ ਕਿੰਨੇ ਕੁ ਰੁਪਏ ਦੀ ਆ, ਹੈ ਨਾ। ਉਦਾਂ ਵੀ 400 ਦੀ ਉਦਾਂ ਮੈਨੂੰ ਕੌਫੀ ਦਿੱਤੀ ਇਹਨਾਂ ਨੇ, 400 ਰੁਪਏ ਦੀ ਆ। ਹਾਂ 400 ਦੀ, 350 ਰੁਪਏ ਦੀ, ਤਾਂ ਕਿੰਨਾ ਦੁੱਧ ਆ ਜਾਂਦਾ ਉਹਦੇ 'ਚ। ਬਾਈ ਜੀ ਆ ਨਵੀਂ ਚੀਜ਼ ਮਿਲ ਗਈ ਆ ਸਟਾਰਬਕਸ, ਮੈਂ ਤਾਰੀਫਾਂ ਕਰਦਾ ਨਹੀਂ ਥੱਕਦਾ ਸੀਗਾ ਇਹਨਾਂ ਦੀਆਂ। ਅਤੇ ਇਹ ਬਾਈ ਜੀ ਮੈਨੂੰ ਮੱਖੀ ਚੂਸ ਬਣਾ ਰਹੇ ਆ, ਦੇਖੋ ਤਾਂ ਅਸੀਂ ਇਲਾਇਚੀ ਆ ਬਾਈ ਜੀ, ਇਹ ਮੱਖੀ ਨਹੀਂ ਹੈਗੀ ਇਹ। ਓਹੋ ਕਿੰਨੀ ਗੰਦੀ ਜੀ ਹੈ ਨਾ, ਇਹ ਮੱਖੀ ਵੀ ਨਹੀਂ ਕਿਸੇ ਹੋਰ ਹੀ ਬੀਂਡਾ ਜਿਹਾ ਹੈ ਨਾ, ਮੱਖੀ ਤਾਂ ਨਹੀਂ ਹੈਗੀ, ਮੱਖੀ ਨਹੀਂ ਸੋਹਣੀ ਤਾਂ ਨਹੀਂ ਹੁੰਦੀ ਹੈ ਨਾ, ਕੁਛ ਹੋਰ ਆ। ਕੋਈ ਨਹੀਂ ਮਤਲਬ ਜਾ ਕੇ ਕਹਿੰਦੇ ਆ ਤਾਂ, ਚੱਲ ਕੋਈ ਪੀ ਲਓ ਯਾਰ, ਉੱਦਾਂ ਵੀ ਕੰਜੂਸ ਮੱਖੀ ਚੂਸ ਹੀ ਆ ਮੈਂ, ਨਹੀਂ ਨਹੀਂ ਜਾ ਕੇ ਕਹਿੰਦੇ ਆ ਠੀਕ ਆ। ਕਹਿੰਦਾ ਓਏ ਆ ਨਹੀਂ ਪੀਣੀ ਮੈਂ। ਹੁਣ ਮੈਂ ਜਾ ਕੇ ਨਾ ਦਿਖਾਇਆ ਉਹਨਾਂ ਨੂੰ, ਮੈਂ ਕਿਹਾ ਦੇਰ ਇਜ਼ ਸਮਥਿੰਗ ਇਨਸਾਈਡ ਦਿਸ ਕੱਪ, ਇੱਦਾਂ ਅੰਗਰੇਜ਼ੀ ਬੋਲੀ ਸਿੱਖ ਕੇ ਗਿਆ ਸੀ। ਅਤੇ ਬਾਅਦ 'ਚੋਂ ਮੈਨੂੰ ਕਹਿੰਦੇ ਤੁਸੀਂ ਇਹਨੂੰ ਕੱਢਿਆ ਸੀਗਾ ਢੱਕਣ ਨੂੰ, ਮੈਂ ਕਿਹਾ ਕੀ ਮਤਲਬ। ਦੇਖੋ ਹੁਣ ਇਹਦਾ ਵੀ ਟੁੱਟਿਆ ਹੋਇਆ ਇੱਧਰਲੇ ਪਾਸੋਂ ਜਿਵੇਂ ਨਾ ਇੱਦਾਂ ਦੇ। ਹਾਂ ਤਾਂ ਬਸ ਯਾਰ ਵਧੀਆ, ਚਲੋ ਆਪਾਂ ਇੰਨਾ ਹੀ ਕਿਹਾ ਆਪਾਂ, ਕਿਹਾ ਚਲੋ ਇਹਨੂੰ ਵਾਪਸ ਕਰ ਦਿਉ, ਹੋਰ ਤਾਂ ਕੋਈ ਗੱਲ ਨਹੀਂ। ਹੁਣ ਆਪਾਂ ਨੂੰ ਫਾਈਨਲੀ ਬਾਈ ਦੁਬਾਰਾ ਹੈ ਨਾ ਇਹਨਾਂ ਨੇ ਕੌਫੀ ਤਾਂ ਦੇਤੀ ਆ, ਪਰ ਹੁਣ ਮੇਰੇ ਮਨ 'ਚ ਲਾਲਚ ਪਤਾ ਕੀ ਆਈ, ਥੋੜ੍ਹੀ ਜਿਹੀ ਹੋਰ ਪੀ ਲੈਣੀ ਸੀ ਮੱਖੀ ਦਾ ਕੀ ਸੀ। ਦੇਖ 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 ਕੈਸਾ ਖੁਸ਼ ਹੋ ਰਹਾ, ਜਿਵੇਂ ਇੰਨੀ ਕੁ ਪੀਲੀ ਸੀਗੀ ਨਾ, ਮੈਂ ਇੰਨੀ ਕੁ ਪੀ ਲੈਣੀ ਸੀ ਫਿਰ ਕਹਿਣਾ ਸੀਗਾ। ਉਹਨੇ ਕਹਿਣਾ ਹੁਣ ਦੇਖਿਆ ਤੈਨੂੰ ਐਡੀ ਮੱਖੀ ਹੋਵੇ ਹੈਂ, ਸਾਰੀ ਪੀਣ ਤੋਂ ਬਾਅਦ। ਅਤੇ 12 ਵੱਜ ਚੁੱਕਿਆ ਚੈੱਕ ਆਊਟ ਆ, ਹੋਟਲ ਵਾਲੇ ਫੋਨ ਲਾ ਰਹੇ ਮੈਂ ਚੱਕ ਨਹੀਂ ਰਿਹਾ ਅਜੇ। ਬਸ ਹੁਣ ਚੱਲਦੇ ਹਾਂ ਏਅਰਪੋਰਟ 'ਤੇ, ਟਾਈਮ ਨਾਲ ਪਹੁੰਚਣਾ, ਆਪਣੀ ਫਲਾਈਟ ਹੈਗੀ 3:30 ਵਜੇ ਦੀ, ਮਤਲਬ 4 ਵਜੇ ਦੀ ਆਪਣੀ, 3:30 ਲਾ ਕੇ ਤੁਰ ਰਹੇ ਹਾਂ। ਅਤੇ ਅਸੀਂ ਪਹੁੰਚਣਾ ਪਤਾ ਕਿੰਨੇ ਵਜੇ ਆ, 1 ਵਜੇ, 3 ਘੰਟੇ ਪਹਿਲੇ ਚਲੇ ਜਾਣਾ, ਕਿਉਂਕਿ ਏਅਰਪੋਰਟ ਬਹੁਤ ਵੱਡਾ, ਉੱਥੇ ਘੁੰਮ ਫਿਰ ਲਵਾਂਗੇ ਕੋਈ ਚੱਕਰ ਨਹੀਂ ਹੈ ਨਾ। ਨਾਲੇ ਵੈਸੇ ਵੀ ਜਲਦੀ ਪਹੁੰਚਣਾ ਚਾਹੀਦਾ ਵਾ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਖੜ੍ਹੇ ਪੈਰ ਨਾ 50,000 ਰੁਪਇਆ ਬੜਾ ਦੇਣਾ ਔਖਾ। ਦੋ ਬੈਗ ਲੈ ਕੇ ਆਏ ਸੀਗੇ, ਦੋ ਐਕਸਟਰਾ ਹੋ ਗਏ, ਇੱਕ ਆਹ ਲਿਆ ਸੀ ਇੱਕ ਆਹ ਲਿਆ ਸੀਗਾ, ਹੁਣ ਜਿਹੜਾ ਲਗੇਜ ਆ ਉਹ ਡਿਵਾਈਡ ਹੋ ਜੂਗਾ, ਉੱਦਾਂ ਇਹ ਬਾਹਲੇ ਭਾਰੇ ਹੋ ਗਏ ਸੀ, ਸਮਾਨ ਹੋਰ ਵੀ ਲਿਆਉਣਾ ਖਰੀਦਿਆ ਤਾਂ ਕਰਕੇ। ਤਾਂ ਹੁਣ ਬਸ ਚੱਲਦੇ ਹਾਂ, ਆਪਾਂ ਨੂੰ ਉਬਰ ਤੋਂ ਮਿਲ ਗਈ ਸੀਗੀ ਯਾਰ ਟੈਕਸੀ, ਤਾਂ ਬਸ ਹੁਣ ਚੱਲਦੇ ਹਾਂ ਅਤੇ ਜਾ ਕੇ ਦੇਖਦੇ ਹਾਂ ਵੀ ਛੇਤੀ ਪਹੁੰਚਿਆ ਕਿ ਨਹੀਂ। ਆਹ ਏਰੀਆ ਬੰਬੇ ਦਾ ਸਭ ਤੋਂ ਪੌਸ਼ ਏਰੀਆ, ਇੱਥੇ ਬੜੀਆਂ ਤੋੜੀਆਂ ਤੋੜੀਆਂ ਬਿਲਡਿੰਗਸ ਨੇ, ਮਤਲਬ ਹਰੇਕ ਕੰਪਨੀ ਹੈ ਇੱਥੇ A to Z, ਜਿੰਨੀਆਂ ਵੀ ਤੁਸੀਂ ਹੈ ਨਾ ਸੋਚ ਲਓ ਉਹਦੇ ਮਨ ਵਿੱਚ, ਇੰਡੀਆ ਦੀ ਹੈ ਨਾ, ਉਹਦੇ SBI ਦਾ ਸਭ ਤੋਂ ਮੇਨ ਹੈੱਡ ਆਫਿਸ, ਮਤਲਬ ਜਿੰਨੇ ਵੀ SBI, ICICI, ਪੰਜਾਬ, ਸਾਰਿਆਂ ਦੇ ਹੈ ਨਾ, ਬੈਂਕ ਤੋਂ ਲੈ ਕੇ ਕਿਸੇ ਵੀ ਕੰਪਨੀ ਦਾ ਉਰੇ ਹੀ ਆ ਸਾਰਾ ਕੁਛ ਆਫਿਸ। ਮੈਂ ਤਾਂ ਹੁਣ ਯਾਰ ਮਸਾਂ ਹੀ ਠੀਕ ਜਿਹਾ ਹੋਇਆ,
ਇੰਨੀ ਜ਼ਿਆਦਾ ਘਬਰਾਹਟ ਜੀ ਹੋਈ ਨਾ ਅੱਗੇ, ਮੈਨੂੰ ਕਦੇ ਨਹੀਂ ਇੱਦਾਂ ਹੋਇਆ ਵੀ ਗੱਡੀ ਵਿੱਚ ਮੈਨੂੰ ਘਬਰਾਹਟ ਹੁੰਦੀ ਹੋਵੇ, ਅਤੇ ਵੇਖਣਾ ਜਿਹੜੀ ਕੌਫੀ ਜੀ ਪੀਤੀ ਹੈ ਨਾ ਉਹਦੇ ਕਰਕੇ ਤਾਂ ਨਹੀਂ ਹੋ ਗਿਆ, ਗਰਮੀ ਫਿਰ ਵੀ ਹੈਗੀ ਆ। ਹਾਂ ਯਾਰ ਪਰ ਗਰਮੀ ਉਹ ਵੀ ਇੰਨੀ ਵੀ ਜ਼ਿਆਦਾ ਗਰਮੀ ਨਹੀਂ ਹੈਗੀ ਵੀ ਆਪਾਂ ਨੂੰ ਘਬਰਾਹਟ ਹੋਵੇ, ਆਪਾਂ ਪੰਜਾਬ ਵਿੱਚ ਵੀ ਤਾਂ ਰਹਿੰਦੇ ਸੀ ਇੰਨੀ ਗਰਮੀ 'ਚ। ਹਾਂ ਤਾਂ ਯਾਰ ਘਬਰਾਹਟ ਇੰਨੀ ਜ਼ਿਆਦਾ ਹੋ ਰਹੀ ਹੈ ਨਾ, ਮੇਰੇ ਖਿਆਲ ਨਾਲ ਜਿਹੜੀ ਉਹ ਮੱਖੀ ਸੀ ਨਾ ਮੱਖੀ, ਉਹ ਮੇਰੇ 'ਤੇ ਭਾਰੂ ਹੋ ਗਈ, ਡੇਂਗੂ ਵਾਲੀ ਮੱਖੀ। ਵੈਸੇ ਨਾ ਸਟਾਰਬਕਸ ਦੇ ਵਿੱਚ ਮੱਖੀ ਆਉਣੀ ਨਹੀਂ ਚਾਹੀਦੀ ਦੇਖਿਆ ਜਾਵੇ ਤਾਂ, ਕਿਉਂਕਿ ਐਡਾ ਤਕੜਾ ਬ੍ਰਾਂਡ ਆ ਹੈ ਨਾ, ਵੀ ਆਪਾਂ 500 ਰੁਪਈਆ ਐਡੀ ਕੌਫੀ ਦਾ ਦੇ ਰਹੇ ਹਾਂ ਅਤੇ ਉਹਦੇ ਵਿੱਚ ਵੀ ਜੇ ਕੀੜੇ ਪਕੌੜੇ ਚੂਸਣੇ ਆ ਤਾਂ ਫਿਰ ਕੀ ਫਾਇਦਾ। ਕਿਉਂ ਵੀ ਬਾਈ ਬੜੀਆ ਬਾਤ, ਸਹੀ ਬਾਤ ਹੈ ਕਿ ਨਹੀਂ ਬਤਾ ਯਾਰ। ਬਾਈ ਮੈਂ ਆਪ ਹੀ ਗਿਆ ਸਟਾਰਬਕਸ, ਠੀਕ ਹੈ, ਉਸ ਮੈਨੇ 500 ਰੁਪਏ ਕੌਫੀ ਲਈ, ਥੋੜ੍ਹੇ ਟਾਈਮ ਬਾਅਦ ਬਾਈ ਮੈਨੇ ਦੇਖਿਆ ਇਤਨੀ ਬੜੀ ਮੱਖੀ ਸੀ ਉਸਮੇ ਯਾਰ। ਆਪ ਖੁਦ ਬਤਾਓ ਬਾਈ, ਆਪ ਵੈਸੇ ਤਾਂ ਗਲਤ ਬਾਤ ਹੈ ਨਾ ਹੁਣ ਕੀ ਹੈ, ਚਲੋ ਵੈਸੇ ਤਾਂ ਗਲਤੀ ਚਲੋ ਬਾਈ ਹੋ ਜਾਂਦੀ ਆ, ਪਰ ਫਿਰ ਵੀ ਯਾਰ ਹੈ। ਨਹੀਂ 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 ਬਾਈ, ਸਟਾਰਬਕ ਮੈਂ ਸਟਾਰਬਕ ਜੋ ਹੈ ਨਾ ਬ੍ਰਾਂਡ ਹੈ ਵੋ ਵਾਲਾ ਬਹੁਤ ਬੜਾ, ਜਾਂ ਕਹਤੇ ਹੈ 500 ਹੀ ਕੌਫੀ ਹੈ ਜੀ ਵੋ ਵਾਲੀ ਬਾਈ, ਉਹ ਪੀਤੀ ਉਦੋਂ ਬਾਅਦ ਹੋਰ ਹੀ ਘਬਰਾਹਟ ਜੀ ਹੋਈ ਜਾਂਦੀ, ਪਤਾ ਨਹੀਂ ਮਨ ਜੇ ਨੂੰ ਹੋ ਗਿਆ ਵੀ ਕਿਤੇ ਹੈ ਨਾ ਵੀ ਉਹ ਪੀਤੀ ਆ, ਕੋਈ ਉਹ ਮੱਖੀ ਨਹੀਂ ਸੀਗੀ, ਉਹ ਕੁਛ ਹੋਰ ਹੀ ਤਰ੍ਹਾਂ ਦੀ, ਧਿਆਨ ਨਾਲ ਦੇਖਿਓ ਉਹ ਮੱਖੀ ਦਾ ਸਾਹ ਪਤਾ ਲੱਗ ਜਾਂਦੀ ਮੱਖੀ ਆ ਨਾ ਐਡੀ ਵੱਡੀ, ਕੋਈ ਹੋਰ ਹੀ ਤਰ੍ਹਾਂ ਦਾ ਮੱਛਰ ਜਿਹਾ ਟਾਈਪ ਸੀਗਾ ਕੁਛ ਯਾਰ, ਵੱਡਾ ਮੱਛਰ ਸੀ ਮੋਟਾ ਮੱਛਰ। ਅਤੇ ਬਸ ਯਾਰ ਹੁਣ ਚੱਲੇ ਹਾਂ ਸਿੱਧਾ ਏਅਰਪੋਰਟ ਵੱਲ ਨੂੰ, ਸਾਨੂੰ ਮਜ਼ਾ ਆ। ਕਿਆ ਬਾਈ ਸਮਝਾ ਨਹੀਂ ਯਾਰ, ਅੱਛਾ ਪਿਕਚਰ, ਹਾਂ ਹਾਂ ਬਣਾਇਆ ਬਣਾਇਆ ਬਾਈ, ਹਾਂ ਹਾਂ ਵੀਡੀਓ ਬਣਾਈ ਆ ਉਸਕੀ ਯਾਰ। ਉਹ ਨਹੀਂ ਯਾਰ ਘਰ ਵਾਲੇ ਸਾਥ ਨਾ, ਇਸ ਲਈ ਕੁਛ ਬੋਲਾ ਨਹੀਂ ਮੈਂ ਯਾਰ, ਕੋਈ ਫਰੈਂਡ ਵਗੈਰਾ ਹੋਤਾ ਨਾ ਕੋਈ, ਉਸਕੋ ਬੋਲਤਾ ਹੀ ਕੈਮਰਾ ਪਕੜ ਇਨਕੀ ਮੈਂ ਦੂੰ, ਇਨਕੋ ਮੈਂ ਦੂੰ ਮਤ ਅਕਲ। ਵੈਸੇ ਬਾਈ ਵਾਂ ਨਾ ਵੋ ਲੜਕੀਆਂ ਸੀ ਯਾਰ ਵੋ ਕਾਊਂਟਰ ਪੇ, ਅਬ ਉਨਕੋ ਮੈਂ ਕਿਆ ਬੋਲਦਾ, ਉਹਨਾਂ ਨੇ ਬਣਾਈ ਥੀ, ਅਬ ਉਨਕੋ ਮੈਂ ਕਿਆ ਬੋਲਤਾ ਯਾਰ, ਕੁਛ ਨਹੀਂ ਬੰਬਈ ਹੈ ਲੜਕੀ ਵੜਕੀ ਕੁਛ ਨਹੀਂ, ਯਾ ਪੈਸੇ ਵੀ ਜੱਟ ਜੱਟ ਨਹੀਂ ਲਗੂਗਾ ਬਾਈ, ਕੋਈ ਦਿੱਕਤ ਨਹੀਂ। ਅੱਛਾ ਹਾਂ, ਇਹ ਮੇਰੇ ਕੋ ਐਸਾ ਥਾ ਭਾਈ ਯਾਰ, ਕਿਆ ਤਨਖਾਹ ਹੋਗੀ ਉਸਕੀ ਯਾਰ ਨਾ, ਫਿਰ ਵੀ 10-15 ਹਜ਼ਾਰ ਉਸਕੋ ਮੈਂ ਬੋਲੂੰਗਾ ਯੇ ਕਰ, ਕੋਈ ਦਿੱਕਤ ਵਿਕਤ ਹੋ ਗਈ ਅਗਲੀ ਕਿ ਯਾਰ ਨੌਕਰੀ ਵੀ ਚਲੀ ਜਾਏਗੀ ਹੈ ਨਾ, ਹੋ ਜਾਂਦਾ ਯਾਰ ਤਾਂ ਸੋਚਣਾ ਪੜਤਾ ਵੀ ਕੋਈ ਬਾਤ ਨਹੀਂ, ਹਮ ਤਾਂ 500 ਕੀ ਦਵਾਈ ਸੇ ਠੀਕ ਹੋ ਜਾਏਗੇ, ਉਸਕੀ ਕਿਉਂ ਨੌਕਰੀ ਖਾਣੀ ਹੈ। ਯਾ ਪੇ ਐਸੇ ਹੀ ਸਭ ਕੁਛ ਬਾਈ, ਓਕੇ 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 ਬਾਈ, ਬੋਲਦਾ ਕਿ ਯਹਾਂ ਪੇ ਸਭ ਕੁਛ ਐਸਾ ਹੀ ਹੈ ਬਾਈ, ਲੜਕੀ ਵੜਕੀ ਐਸਾ ਨਹੀਂ, ਇਹੀ ਲੜਕੀ ਹੈ ਇਸਕੋ ਛੋੜ ਦਿਓ, ਵੀ ਮਤਲਬ ਸਭ ਹੀ ਮਤਲਬ ਇੱਕੋ ਹੀ ਹੈ ਯਹਾਂ ਪੇ, ਮਤਲਬ ਕਾਮ ਕਰਤੇ ਹੈ ਸੇਮ ਹੀ ਹੈ, ਕਿਉਂ ਵੀ ਬਾਈ ਜੈਂਡਰ ਇਕੁਐਲਿਟੀ ਵੀ ਹੈ ਔਰ ਸਭ ਹੀ ਆਪਣਾ ਕਾਮ ਕਰ ਰਹੇ ਹਾਂ। ਅੱਛਾ ਬਾਈ ਕਹਿੰਦਾ ਵੀ ਤੁਸੀਂ ਇਹ ਤਾਂ ਘੁੰਮਣ ਆਏ ਹੋ, ਇੱਥੇ ਰਹਿ ਕੇ ਦੇਖੋ ਫਿਰ ਪਤਾ ਲੱਗੂ ਵੀ, ਅਸੀਂ ਕਹੋਗੇ ਅੱਛਾ ਕੁੜੀ, ਆਪਾਂ ਸੋਚਦੇ ਨਾ ਕੁੜੀ ਹੈ ਕਿ ਨਹੀਂ ਭੋਲੀ ਹੈ, ਕਹਿੰਦੇ ਉਵੇਂ ਨਹੀਂ ਹੈਗਾ ਸਿਸਟਮ, ਇੱਥੇ ਰਹਿ ਕੇ ਦੇਖੋ ਕਿਹੜਾ ਫਿਰ ਪਤਾ ਲੱਗਦਾ, ਉੱਦਾਂ ਵੀ ਯਾਰ ਵਾਹਵਾ ਗਾਂਹ ਲੰਘਿਆ ਹੋਇਆ ਇਹ ਸ਼ਹਿਰ, ਮਤਲਬ ਉੱਦਾਂ ਟੈਕਨੋਲੋਜੀ ਤੋਂ ਲੈ ਕੇ ਹਰੇਕ ਚੀਜ਼, ਮਤਲਬ ਬਿਲਡਿੰਗ ਤੋਂ ਲੈ ਕੇ, ਬਿਲਡਿੰਗ ਹੀ ਆਪਣਾ ਤਾਂ ਆਪਣੇ ਤਾਂ ਯਾਰ ਬਿਲਡਿੰਗ ਹੀ ਆ, ਇੱਥੇ ਬਿਲਡਿੰਗਾਂ ਵੱਡੀਆਂ ਨੇ ਆਪਣੇ ਸ਼ਹਿਰ ਵੱਡਾ, ਪਰ ਇੱਥੇ ਇੱਦਾਂ ਨਹੀਂ ਗਾ ਯਾਰ, ਇਹ ਤਾਂ ਬਹੁਤ ਤਗੜੀਆਂ ਤਗੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਨਾ ਉਹ ਚੀਜ਼ਾਂ ਹੁੰਦੀਆਂ, ਜਿਵੇਂ ਕਿ ਆਹ ਤੁਸੀਂ ਦੇਖੋ ਸਾਹਮਣੇ ਆਹ ਨਿੱਕੇ ਨਿੱਕੇ ਏਰੀਆ ਨੇ ਨਾ, ਆਹ ਵਾਲੇ ਆਹ ਹੋ ਗਏ, ਆਹ ਹੋ ਗਏ ਏਰੀਆ, ਕਿਆ ਬਾਈ ਜੋਪੜ ਪੱਟੇ ਹੈ, ਮਤਲਬ ਚੌਲ ਏਰੀਆ ਹੈ। ਅੱਛਾ ਹਾਂ ਚੌਲ ਏਰੀਆ, ਉਹੀ ਮੈਂ ਬਤਾ ਰਿਹਾ ਥਾ ਕੱਲ ਵੀ, ਇਹਨੂੰ ਚੌਲ ਏਰੀਆ ਕਹਿੰਦੇ ਆ, ਜਿਹੜੇ ਵੱਡੇ ਬਿਲਡਰ ਪਤਾ ਕੀ ਕਰਦੇ ਆ, ਜਿਵੇਂ ਇਹਨਾਂ ਨੂੰ ਧੱਕੇ ਤੇ ਹੈ ਨਾ, ਇਹਨਾਂ ਦੀਆਂ ਜ਼ਮੀਨਾਂ ਲੈ ਲੈਂਦੇ ਆ ਵੀ ਆਹ ਵਾਲੀ ਸਾਨੂੰ ਦਿਓ, ਜੇ ਨਹੀਂ ਦਿਓਗੇ ਫਿਰ ਸਰਕਾਰ ਦੇ ਨਾਲ ਰਲ ਕੇ, ਬਿਲਡਰ ਨਹੀਂ ਲੈਤੇ ਬਾਈ, ਬਿਲਡਰ ਨਹੀਂ ਲੈਤੇ, ਬਿਲਡਰ ਲੈਤੇ ਹੈ ਇਸ ਤਰੀਕੇ ਸੇ ਲੈਤੇ ਹੈ ਕਿ ਆਪਕੋ ਯਾ ਤੋ ਫਲੈਟ ਮਿਲੇਗਾ, ਹਾਂ ਹਾਂ ਹਾਂ, ਯਾ ਫਿਰ
ਸਾਹਮਣੇ ਦੇਖੋ ਜਿਵੇਂ ਨਿੱਕੇ ਨਿੱਕੇ ਇੱਧਰ ਬਾਕੀ ਕਿੰਨੀ ਵੱਡੀ ਬਿਲਡਿੰਗ ਆ ਉਹ ਸਾਹਮਣੇ ਦੇਖੋ ਮਤਲਬ ਝੁੱਗੀ ਟਾਈਪ ਜਿਹਾ ਬਣਿਆ ਹੋਇਆ ਪਰ ਝੁੱਗੀ ਨਹੀਂ ਕਹਿ ਦਿਓ ਕਿ ਮਹਿੰਗੀਆਂ ਬਹੁਤ ਹੋਣੀਆਂ ਇਹ ਯਾਰ ਤੇ ਇਹ ਕੀ ਕਰਦੇ ਆ ਜਾਂ ਤਾਂ ਇਹ ਕਹਿੰਦੇ ਵੀ ਸਾਨੂੰ ਹਨਾ ਜ਼ਮੀਨ ਦੇ ਦਿਓ ਤੁਹਾਨੂੰ ਇੱਕ ਫਲੈਟ ਬਣਵਾ ਦਾਂਗੇ ਤੇ ਤੇ ਜਾਂ ਫਿਰ ਜੋ ਕਹਿੰਦੇ ਨਹੀਂ ਵੇਚਣੀ ਤਾਂ ਜਮਾਂ ਹੀ ਹਟਾ ਦਿੰਦੇ ਹਨਾ ਬਾਈ ਚੁਕਵਾ ਦਿੱਤੇ ਆ ਫਿਰ ਤੋਂ ਹਨਾ ਵੇਚਣੀ ਨਹੀਂ ਕਿਉਂ ਕਰ ਵੀ ਕਹਿ ਸਕਦਾ ਉਹ ਕਿੱਡੇ ਸਰਕਾਰਾਂ ਨਾਲ ਆ ਉਹਨਾਂ ਦੇ ਹਨਾ ਸਰਕਾਰ ਵੀ ਕੁਛ ਨਹੀਂ ਕਰੇਗੀ ਤਾਂ ਪ੍ਰਾਈਵੇਟ ਹੈ ਅੱਛਾ ਹਾਂ ਇਹ ਵੀ ਗੱਲ ਆ ਉਹ ਕੀ ਕਰੂ ਪੇਪਰ ਉਹ ਕਰੇ ਨਾ ਤਾਂ ਇਹ ਤਾਂ ਬੋਲੇਗਾ ਸਿੱਧਾ ਉਹਨੂੰ ਅਗਰ ਫਲੈਟ ਮੈਂ ਗੜਚੀ ਹੈ ਹਾਂ ਹਾਂ ਫਲੈਟ ਦੇਗੀ ਉਸ ਇਹ ਹਾਂ ਇਹ ਕੀ ਕਹਿੰਦੇ ਆ ਵੀ ਜਿਵੇਂ ਮਨ ਝੁੱਗੀ ਵਾਲੇ ਹਨਾ ਉਹਨਾਂ ਨੂੰ ਕਹਿੰਦੇ ਵੀ ਜਾਂ ਤੁਸੀਂ ਨਾ ਇੱਥੇ ਫਲੈਟ ਲੈ ਲਓ ਮਨ ਕਿ ਚਲੋ ਜੀ ਉਹਨਾਂ ਨੇ 20 ਹਨਾ ਫਲੋਰ ਵੀ ਬਣਾਤੇ ਤਾਂ ਇੱਕ ਫਲੈਟ ਉਹਨਾਂ ਦਾ ਬਾਕੀ ਜਿੰਨੇ ਵੀ ਫਲੋਰ ਆ ਉਹ ਰੈਂਟ ਤੇ ਚਾੜ ਦੇਣਗੇ ਜਾਂ ਫਿਰ ਵੇਚ ਦੇਣਗੇ ਤਾਂ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਹਨਾ ਤੁਸੀਂ ਇਹ ਗੱਲ ਸੋਚ ਕੇ ਦੇਖੋ ਤੇ ਜੋ ਕਹਿੰਦੇ ਵੀ ਨਹੀਂ ਵੇਚਣੀ ਅਸੀਂ ਹਨਾ ਵੀ ਅੱਗੇ ਅੱਗੇ ਜ਼ਮੀਨ ਮਹਿੰਗੀ ਹੋਊਗੀ ਜਾਂ ਕੁਛ ਉਹ ਕਹਿੰਦੇ ਫਿਰ ਚਲੋ ਫ੍ਰੀ 'ਚ ਨਿਕਲੋ ਫਿਰ ਇੱਥੋਂ ਫਿਰ ਇਹ ਕੁਛ ਵੀ ਹੁੰਦਾ ਇੱਥੇ ਇਹ ਸਭ ਚੀਜ਼ਾਂ ਵੀ ਹਨਾ ਕਿੰਨੀਆਂ ਕੁਛ ਸਿੱਖਣ ਨੂੰ ਮਿਲਦਾ ਵੱਡੇ ਸ਼ਹਿਰ ਵਿੱਚ ਜਾ ਕੇ ਵੱਡੇ ਵੱਡੇ ਬਿਜ਼ਨਸ ਆਈਡੀਆ ਵੀ ਆਉਂਦੇ ਆ ਮੈਂ ਵੀ ਜਾ ਕੇ ਦੇਖਾਂ ਝੁੱਗੀਆਂ ਝੱਗੀਆਂ ਹੈਗੀਆਂ ਆਪਣੇ ਮਜ਼ਾਕ ਕਰਦਾ ਭਰਾਵੋ ਮੈਂ ਤਾਂ ਆਪਦਾ ਪੀ ਸੀ ਮਸਾਂ ਬਣਵਾਇਆ ਕਿੰਨੀ ਨਾ ਆਪਣੀ ਯਾਰ ਛੋਟੀ ਸੋਚ ਐਡੇ ਵੱਡੇ ਜਿਹੜਾ ਸ਼ਹਿਰ ਵਿੱਚ ਵੀ ਆ ਕੇ ਚਲੋ ਕੋਈ ਨਹੀਂ ਚੱਲਦੇ ਹਾਂ ਅੱਗੇ ਦੇਖਦੇ ਹਾਂ ਬਣਾਉਂਦੇ ਹਾਂ ਪੁਲ ਜਾ ਕੇ ਜਗਰਾਉਂ 'ਚ ਹੁਣ ਪਹੁੰਚ ਚੁੱਕੇ ਹਾਂ ਏਅਰਪੋਰਟ 'ਤੇ ਤਾਂ ਆਪਾਂ ਜਲਦੀ ਹੀ ਆ ਗਏ ਹਾਂ ਤਾਂ ਕੋਈ ਦਿੱਕਤ ਨਾ ਹੋਵੇ ਅਤੇ ਆਹ ਬੈਗ ਦੇ ਘੈਂਟ ਲੱਗਦੇ ਆ ਮੈਨੂੰ ਤਾਂ ਯਾਰ ਬੜੇ ਆ ਵੀ ਹਾਇਓ ਹੈ ਚਲੋ ਆ ਰਿਹਾ ਇੰਡੀਗੋ ਉੱਥੇ ਜਾ ਕੇ ਦੇਖਦੇ ਕੀ ਬਣਦਾ ਕੀ ਨਹੀਂ ਪਹਿਲਾਂ ਤਾਂ ਭਾਅ ਜੀ ਕੈਂਸਲ ਹੋ ਗਈ ਸੀਗੀ ਬੜਾ ਰੂਡ ਬੋਲੇ ਉਦੋਂ ਤਾਂ ਇਹ ਹੁਣ ਦੇਖਦੇ ਆ ਕੀ ਕਹਿੰਦੇ ਆ ਇਹ ਤਾਂ ਬਹੁਤ ਡਰੇ ਹੋਏ ਸੀਗੇ ਵੀ ਬਹੁਤ ਹੋਣਾ ਵਾ ਪਰ ਇਹ ਸਿਰਫ 10 ਕਿਲੋ ਹੀ ਆ ਸ਼ੁਕਰ ਆ ਬਾਕੀ ਇਹ ਹੈ ਨੋ ਇਹ ਕਰ ਲਈ ਓਕੇ ਮੈਮ ਹੁਣ ਤਾਂ ਜੀ ਆਪਾਂ ਕਮ ਸੇ ਕਮ 2 ਘੰਟੇ ਪਹਿਲਾਂ ਆ ਗਏ 4 ਵਜੇ ਦੀ ਫਲੈਟ ਆ ਤੇ 2 ਵਜੇ ਪਹਿਲਾਂ ਆ ਚੁੱਕਿਆ ਤੇ ਉੱਪਰ ਤੁਸੀਂ ਪੱਖਾ ਦੇਖੋ ਬਹੁਤ ਜ਼ਿਆਦਾ ਵੱਡਾ ਪੱਖਾ ਹੈ ਇਹ ਤਾਂ ਬੜਾ ਛੋਟਾ ਲੱਗਦਾ ਨਾ ਇੱਥੇ ਤਾਂ ਕਮ ਸੇ ਕਮ ਬੈਕ ਕੈਮਰਾ ਦਿਖਾਉਂਦਾ ਤੁਹਾਨੂੰ ਹਾਂ ਉੱਥੇ ਆਪਣਾ ਜਹਾਜ਼ ਖੜੂਗਾ ਆਹ ਦੇਖੋ ਸਾਹਮਣੇ ਹੁਣ ਦੇਖੋ ਕਿੱਡਾ ਵੱਡਾ ਪੱਖਾ ਆਹ ਬੰਦੇ ਖੜੇ ਆ ਜੋ ਪੱਖਾ ਦੇਖੋ ਅਤੇ ਆਸੇ ਪਾਸੇ ਬਹੁਤ ਤਕੜੇ ਤਕੜੇ ਸਟੋਰ ਆ ਇੱਥੇ ਸਾਹਮਣੇ ਦੇਖੋ ਵੀ ਕਿੱਥੇ ਕਿੱਥੇ ਫਲੈਟਾਂ ਜਾਂਦੀਆਂ ਨੇ ਹਨਾ ਇੱਥੋਂ ਦੇਖ ਰਿਹਾ ਸਾਰਾ ਕੁਛ ਹੁਣ ਬਸ ਚੱਲਦੇ ਹਾਂ ਸਾਈਡ 'ਤੇ ਕੋਈ ਖਾਣ ਪੀਣ ਨੂੰ ਵੀ ਦੇਖਦੇ ਕੋਈ ਹੈਗਾ ਕਿ ਨਹੀਂ ਇਹ ਕੀ ਹੈ ਸਮੋਸਾ ਨਹੀਂ ਨਹੀਂ ਕੋਈ ਹੋਰ ਆ ਜਦੋਂ ਮੈਂ ਨਾ ਗੋਆ ਤੋਂ ਆ ਰਿਹਾ ਸੀਗਾ ਤਾਂ ਇਹ ਕੋਈ ਖਾਣ ਨੂੰ ਰੁਕ ਗਏ ਜਿਹੜਾ ਬੋਰਡਿੰਗ ਪਾਸ ਹੁੰਦਾ ਉਹ ਉਹੀ ਰੈਸਟੋਰੈਂਟ ਵਿੱਚ ਛੱਡ ਕੇ ਮੈਂ ਆ ਗਿਆ ਉਦੋਂ ਬਾਅਦ ਜਦੋਂ ਨਾ ਮਤਲਬ ਫਲੈਟ ਚੜ੍ਹਨੀ ਵਾਲੀ ਸੀਗੀ ਬੋਰਡਿੰਗ ਪਾਸ ਜਦੋਂ ਕਹਿੰਦੇ ਬੋਰਡਿੰਗ ਪਾਸ ਦਿਖਾਓ ਕੋਲੇ ਆ ਕੇ ਗੇਟ ਕੋਲੇ ਕਹਿੰਦੇ ਤਾਂ ਮੈਂ ਕਿਹਾ ਉਹ ਤਾਂ ਮੈਨੂੰ ਲੱਭ ਨਹੀਂ ਰਿਹਾ ਕਿੱਥੇ ਗਿਆ ਫਿਰ ਮੈਂ ਜਾ ਕੇ ਫਟਾਫਟ ਭੱਜਿਆ ਬੈਕ ਅਤੇ ਰੈਸਟੋਰੈਂਟ ਵਿੱਚ ਜਾ ਕੇ ਉਹਨੂੰ ਬੋਰਡਿੰਗ ਵਾਸਤੇ ਪਿਆ ਹੋਇਆ ਸੀਗਾ ਚੱਕ ਕੇ ਅਤੇ ਫਿਰ ਆਏ ਵਾਪਸ ਹੁਣ ਆ ਤੁਸੀਂ ਦੇਖ ਸਕਦੇ ਹੋ ਦੇਖਦਾ ਪ੍ਰਾਈਜ਼ ਧਿਆਨ ਲਊਗੀ ਆਪਾਂ ਨੂੰ ਹੁੰਦਾ ਨਾ ਵੀ ਚੈੱਕ ਕਰੀਏ ਕਿੰਨਾ ਕੁ ਮਹਿੰਗਾ ਵਾ ਜੇ ਵੋ ਸਮੋਸਾ 90 ਰੁਪਏ ਦਾ ਬੜਾ ਪਾਓ ਜਿਹੜਾ 10 ਰੁਪਏ ਦਾ 20 ਰੁਪਏ ਦਾ ਵਾ ਹੈ ਨਾ ਉਹ 90 ਦਾ ਤਾਂ ਹੁਣ ਆਪਾਂ ਖਾਣਾ ਪੀਣਾ ਇੱਥੋਂ ਯਾਰ ਦੇਖ ਰਹੇ ਹਾਂ ਫਿਰ ਚੱਲੀਏ ਉਦੋਂ ਬਾਅਦ ਸਹੀ ਤਾਂ ਹੈ ਮੈਨੂੰ ਖਾਣੀ ਵਿੱਚ ਤਾਂ ਮੈਨੂੰ ਨਹੀਂ ਮਿਲਦੇ ਹੈ ਨਾ ਨਹੀਂ ਕੀ ਜ਼ਿਆਦਾ ਪਤਾ ਹੁਣ ਖਾਣੇ ਤਾਂ ਹੈਗੀ ਆ ਜ਼ਿਆਦਾ ਚੱਲ ਕੋਈ ਨਹੀਂ ਹੁਣ ਆਹ ਖਾ ਲਓ ਸੈਂਡਵਿਚ ਵਗੈਰਾ ਹਾਂ ਬਰਗਰ ਵਧੀਆ ਹੁੰਦੇ ਨਾਲੇ ਠੀਕ ਹੁੰਦੇ ਉਹ ਬੋਰ ਨੇ ਪਹਿਲਾਂ ਦੀ ਗੱਲ ਆ
ਕਰਾ ਲਈਏ ਫਿਰ ਆਪਾਂ ਕਰ ਤੁਸੀਂ ਵੈਜ ਮੈਂ ਆਹ ਚਿਕਨ। ਇਹ ਆਪਾਂ ਨੂੰ ਬਾਈ ਜੀ ਪਿਆ 350 ਦਾ, 350 ਰੁਪਏ ਦੀਆਂ ਦੋਵੇਂ ਚੀਜ਼ਾਂ, ਪਾਣੀ ਅਤੇ ਕੋਕ। ਅਤੇ ਏਅਰਪੋਰਟ 'ਤੇ ਫਿਰ ਇੱਦਾਂ ਹੀ ਆ, ਇਹ ਜੇ ਬਾਹਰੋਂ ਲੈਣਾ ਵਾ ਤਾਂ 3 ਬੋਤਲਾਂ ਭਾਵਾਂ ਛਬੀਲ ਲਾਓ। ਹੁਣ ਬਸ ਯਾਰ ਬੋਰਡਿੰਗ ਦਾ ਸਾਰਾ ਕੁਛ ਹੋ ਚੁੱਕਿਆ ਅਤੇ ਹੁਣ ਚੱਲੇ ਹਾਂ ਸਿੱਧਾ ਜਹਾਜ਼ 'ਚ। ਸ਼ੁਕਰ ਆ ਅੱਜ ਸਹੀ ਟਾਈਮ 'ਤੇ ਸਾਰਾ ਕੁਛ ਹੋ ਗਿਆ, ਸਾਰਾ ਕੁਛ ਸਹੀ ਰਿਹਾ। ਚਲੋ ਹੁਣ ਐਂਟਰ ਕਰੀਏ। ਜਮਾ ਬੱਸ ਸਰਗਾ ਯਾਰ ਇੰਡੀਗੋ ਤਾਂ, ਸੀਟਾਂ ਦੇਖੋ ਆ ਰਹੀ ਆਪਣੀ 13 FE। ਫਾਈਨਲੀ ਇਕੱਠੇ ਬਹਿ ਚੁੱਕੇ ਹਾਂ ਬਾਈ ਜਹਾਜ਼ 'ਚ। ਮਤਲਬ ਇੰਨੇ ਦਿਨਾਂ 'ਤੇ ਤਾਂ ਇੱਦਾਂ ਹੀ ਹੋ ਜਾਂਦਾ ਸੀ, ਕਦੇ ਪਹਿਲਾਂ ਕਦੇ ਮੈਂ ਬਾਅਦ 'ਚੋਂ, ਹੈ ਨਾ। ਤਾਂ ਹੁਣ ਫਾਈਨਲੀ ਸ਼ੁਕਰ ਆ ਰੱਬ ਦਾ ਇਕੱਠੇ ਹੋ ਚੁੱਕੇ ਹਾਂ। ਹੁਣ ਜਹਾਜ਼ ਜੂਜਾ ਇੱਧਰ ਬਾਹਰ ਦਿਖਾ ਤਾਂ ਨਹੀਂ ਸਕਦੇ ਹੁੰਦੇ, ਮਾੜਾ ਮੋਟਾ ਦੇਖ ਲਓ ਜਹਾਜ਼ ਤਾਂ ਜਮਾ ਹੈ ਨਾ ਬੱਸਾਂ ਵਰਗਾ। ਪਹਿਲਾਂ ਤਾਂ ਬੰਦ ਕਰਕੇ ਰੱਖਣਾ ਪੈਣਾ ਇਹ, ਉਸ ਤੋਂ ਬਾਅਦ ਖੋਲ੍ਹ ਸਕਦੇ ਹਾਂ। ਇੰਡੀਗੋ ਦੇ ਵਿੱਚ ਨਾ ਬਿਲਕੁਲ ਵੀ ਮੀਲ ਵਗੈਰਾ ਨਹੀਂ ਹੁੰਦੀ, ਆਪ ਐਡ ਕਰਾਉਣੀ ਪੈਂਦੀ ਆ। ਅਸੀਂ ਬਾਹਰੋਂ ਹੀ ਖਾਏ ਸੀਗੇ, ਜਦੋਂ ਤੁਸੀਂ ਦੇਖਿਆ ਨਾ ਚਿਕਨ ਜਿਹਾ ਉਹ ਸਵਾਦ ਸੀਗਾ, ਚਿਕਨ ਵਾਲਾ ਬ੍ਰੈਡ ਜਿਹਾ ਅਤੇ ਬਰਗਰ ਜਿਹਾ ਸਵਾਦ ਸੀ, ਤਾਂ ਉਹ ਬਾਏ ਕਰ ਲਿਆ ਸੀਗਾ। ਅਤੇ ਬਾਕੀ ਲੱਗਿਆ ਨਹੀਂ ਸੀਗਾ ਵੀ ਆਹ ਲੈ ਕੇ ਜਾਣ ਦੇ ਦੇਣਗੇ, ਹੈ ਨਾ ਅੰਦਰ। ਪਰ ਹਾਂ, ਜੋ ਆਪਾਂ ਏਅਰਪੋਰਟ ਤੋਂ ਖਰੀਦੀ ਉਹ ਲੈ ਕੇ ਜਾਣ ਦੇ ਦਿੰਦੇ ਆ, ਜੇ ਬਾਹਰੋਂ ਖਰੀਦੀਏ ਉਹ ਆਪਾਂ ਇੱਥੇ ਤੱਕ ਨਹੀਂ ਲੈ ਕੇ ਆ ਸਕਦੇ, ਕੋਈ ਉਹ ਚੈਕਿੰਗ ਹੁੰਦੀ ਹੈ ਨਾ, ਉਹ ਫਿਰ ਉਹ ਬਾਹਰ ਛੁਟਾ ਦਿੰਦੇ ਆ। ਅਸੀਂ ਜਮਾਂ ਐਮਰਜੈਂਸੀ ਵਾਲੀ ਸੀਟ 'ਤੇ ਬੈਠੇ ਹਾਂ, ਦੇਖੋ ਸਾਰੇ ਕੋਲ ਦੱਸਿਆ ਹੋਇਆ ਵੀ ਕੋਈ ਪੰਗਾ ਪੈ ਜੇ ਪੱਟ ਕੇ ਨਿਕਲ ਦਿਓ ਜਾਓ ਉਹ 'ਚ ਵੀ, ਅਤੇ ਇਹਨੂੰ ਖਿੱਚ ਕੇ ਪੱਟ ਕੇ ਬਾਹਰ ਛੱਡ ਦੇਣਾ। ਪਰ ਸਾਹਮਣੇ ਦੇਖੋ ਕੀ ਰਿਹਾ ਵੀ ਬੰਦਾ ਪੁੱਛੇ ਗੇਟ ਪੱਟ ਕੇ ਉੱਥੇ ਤੁਰਾਂਗੇ ਹੋਰ ਕਿਤੇ ਤੁਰਾਂਗੇ ਅਸੀਂ। ਚਲੋ ਕੋਈ ਨਹੀਂ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ, ਪਹੁੰਚ ਚੁੱਕੇ ਆਪਾਂ। ਉਹ ਦੇਖੋ ਫਾਈਨਲੀ ਹੁਣ ਚੰਡੀਗੜ੍ਹ ਏਅਰਪੋਰਟ ਪਹੁੰਚ ਚੁੱਕੇ ਹਾਂ, ਅਤੇ ਆਹ ਦੇਖੋ ਮੇਰੇ ਕਿੰਨਾ ਸੋਹਣਾ ਬਣਿਆ ਹੋਇਆ ਹੈ, ਇਹਦਾ ਜਮਾਂ ਬੁੱਟਰ ਲੱਗਦਾ ਬਾਈ ਜੀ, ਦੇਖੋ ਤਾਂ ਹੀ ਬੁੱਟਰ ਸਿੰਘ ਹੈ, ਬਹੁਤ ਸੋਹਣਾ ਯਾਰ। ਹੁਣ ਬਸ ਯਾਰ ਚੰਡੀਗੜ੍ਹ ਪਹੁੰਚ ਚੁੱਕੇ ਹਾਂ, ਅਤੇ ਬਹੁਤ ਵਧੀਆ ਸਫ਼ਰ ਰਿਹਾ ਇਹ, ਅਤੇ ਬਹੁਤ ਸਫਲ ਸਫ਼ਰ ਰਿਹਾ, ਹੈ ਨਾ। ਚਲੋ ਵਧੀਆ, ਚਲੋ ਤੁਸੀਂ ਦੇਖ ਸਕਦੇ ਹੁਣ ਆਹ ਆਪਾਂ ਚੰਡੀਗੜ੍ਹ ਪਹੁੰਚ ਚੁੱਕੇ ਹਾਂ, ਅਤੇ ਮੌਸਮ ਪੂਰਾ ਹੋਇਆ ਪਿਆ ਆਪਣਾ ਕਹਿੰਦਾ ਮੀਂਹਦਾਰ, ਅਤੇ ਆਹ ਗੱਡੀ ਆਪਣੀ ਆਹ ਖੜੀ ਬਹੁਤ ਜ਼ਿਆਦਾ ਗੰਦੀ ਹੋ ਚੁੱਕੀ ਹੈ। ਅਤੇ ਇੱਥੇ ਮੈਂ ਲਿਖਣਾ ਚਾਹੂੰਗਾ ਤੁਹਾਨੂੰ ਸਬਸਕ੍ਰਾਈਬ ਕਰ ਦਿਓ।